ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ। ਦੋਸਤੋ, ਪੰਜਾਬ ITI ਭਾਵ ਕਿ ਸਰਕਾਰੀ ITI ਦੇ ਔਨਲਾਈਨ ਦਾਖਲੇ ਸ਼ੁਰੂ ਹੋ ਚੁੱਕੇ ਹਨ। ਸੋ ਜਿਸ ਦੇ ਅਧੀਨ ਆਫੀਸ਼ਲ ਨੋਟੀਫਿਕੇਸ਼ਨ ਵੀ ਆਊਟ ਹੋ ਚੁੱਕਾ ਹੈ। ਸੋ ਜਿਹੜੇ ਵੀ ਕੈਂਡੀਡੇਟ 8ਵੀਂ, 10ਵੀਂ ਜਾਂ 12ਵੀਂ ਕਰ ਚੁੱਕੇ ਹਨ, ਉਹ ਕੈਂਡੀਡੇਟ ਕਿਸ ਤਰ੍ਹਾਂ ITI ਵਿੱਚ ਦਾਖਲਾ ਲੈ ਸਕਣਗੇ, ITI ਵਿੱਚ ਦਾਖਲਾ ਲੈਣ ਦਾ ਕੀ ਪ੍ਰੋਸੈਸ ਰਹੇਗਾ, ਦਾਖਲਾ ਲੈਣ ਦੀ ਆਖਰੀ ਮਿਤੀ ਅਤੇ ਬਾਕੀ ਸ਼ਰਤਾਂ ਦੀ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਯੂਟਿਊਬ ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਨੂੰ ਔਨ ਕਰ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਸੋ ਦੋਸਤੋ, ਪੰਜਾਬ ITI ਸੈਸ਼ਨ 2024 ਅਧੀਨ ਜਿਹੜੇ ਵੀ ਕੈਂਡੀਡੇਟ ਦਾਖਲਾ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਪੰਜਾਬ ITI ਦਾਖਲਾ 2024 ਲਈ ਔਨਲਾਈਨ ਫਾਰਮ ਸ਼ੁਰੂ ਹੋ ਚੁੱਕੇ ਹਨ। ਸੋ ਪੰਜਾਬ ITI 2024 ਅਧੀਨ ਦਾਖਲਾ 4 ਕਾਉਂਸਲਿੰਗਾਂ ਅਧੀਨ ਹੋਵੇਗਾ। ਸੋ ਦੋਸਤੋ, ਜੇਕਰ ਪਹਿਲੀ ਕਾਉਂਸਲਿੰਗ ਅਧੀਨ ਇੰਪੋਰਟੈਂਸ ਡੇਟਸ ਦੀ ਗੱਲ ਕੀਤੀ ਜਾਵੇ ਤਾਂ ਫਸਟ ਕਾਉਂਸਲਿੰਗ ਅਧੀਨ 1 ਜੁਲਾਈ 2024 ਤੱਕ ਸਟੂਡੈਂਟਸ ਔਨਲਾਈਨ ਰਜਿਸਟ੍ਰੇਸ਼ਨ ਦੇ ਨਾਲ ਨਾਲ ਅਪਲੋਡ ਡਾਕੂਮੈਂਟਸ ਅਤੇ ਡਾਕੂਮੈਂਟਸ ਵੈਰੀਫਿਕੇਸ਼ਨ ਪ੍ਰੋਸੈਸਿੰਗ ਫੀਸ ਪੇ ਕਰ ਸਕਦੇ ਹਨ। ਔਨਲਾਈਨ ਰਜਿਸਟ੍ਰੇਸ਼ਨ ਅਤੇ ਪ੍ਰੋਸੈਸਿੰਗ ਫੀਸ ਤੋਂ ਬਾਅਦ 2 ਜੁਲਾਈ 2024 ਤੱਕ ITI ਜਾ ਕੇ ਸਟੂਡੈਂਟ ਆਪਣੇ ਡਾਕੂਮੈਂਟ ਵੈਰੀਫਾਈ ਕਰਵਾ ਸਕਣਗੇ। ਸੋ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ 21 ਜੂਨ ਤੋਂ 3 ਜੁਲਾਈ ਦੇ ਵਿੱਚ ਕੈਂਡੀਡੇਟ ਆਪਣੀ ਟ੍ਰੇਡ ਅਨੁਸਾਰ ਚੋਇਸ ਫਿਲ ਕਰ ਸਕਣਗੇ। ਸੋ ਚੋਇਸ ਫਿਲ ਤੋਂ ਬਾਅਦ ਪਹਿਲੀ ਕਾਉਂਸਲਿੰਗ ਅਧੀਨ 5 ਜੁਲਾਈ 2024 ਨੂੰ ਸੀਟ ਅਲਾਊਟਮੈਂਟ ਰਿਜ਼ਲਟ ਆਊਟ ਕੀਤਾ ਜਾਵੇਗਾ। ਸੋ ਜਿਹੜੇ ਵੀ ਕੈਂਡੀਡੇਟ ਨੂੰ ITI ਰਜਿਸਟ੍ਰੇਸ਼ਨ ਅਧੀਨ ਪਹਿਲੀ ਕਾਉਂਸਲਿੰਗ ਵਿੱਚ ਸੀਟ ਅਲਾਊਟ ਹੁੰਦੀ ਹੈ ਤਾਂ ਉਹ ਕੈਂਡੀਡੇਟ ਆਪਣੇ ਐਡਮਿਸ਼ਨ 6 ਜੁਲਾਈ ਤੋਂ 10 ਜੁਲਾਈ ਦੇ ਵਿੱਚ ਭਰ ਸਕਣਗੇ। ਸੋ ਦੋਸਤੋ, ਸੈਕਿੰਡ ਕਾਉਂਸਲਿੰਗ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਕੈਂਡੀਡੇਟ ਨੂੰ ਪਹਿਲੀ ਕਾਉਂਸਲਿੰਗ ਅਧੀਨ ਸੀਟ ਅਲਾਟ ਨਹੀਂ ਹੁੰਦੀ ਤਾਂ ਉਹ ਕੈਂਡੀਡੇਟ ਪਹਿਲੀ ਰਜਿਸਟ੍ਰੇਸ਼ਨ ਅਧੀਨ ਨਵੀਂ ਚੋਇਸ ਫਿਲ ਕਰ ਸਕਣਗੇ ਅਤੇ ਸੈਕਿੰਡ ਕਾਉਂਸਲਿੰਗ ਵਿੱਚ ਅਪਲਾਈ ਕਰ ਸਕਣਗੇ। ਜਾਂ ਯੈਸ ਕੈਂਡੀਡੇਟ ਨੇ ਪਹਿਲੀ ਕਾਉਂਸਲਿੰਗ ਅਧੀਨ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਕੈਂਡੀਡੇਟ ਦੂਜੀ ਕਾਉਂਸਲਿੰਗ ਅਧੀਨ 6 ਜੁਲਾਈ ਤੋਂ 13 ਜੁਲਾਈ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜਦਕਿ ਡਾਕੂਮੈਂਟ ਵੈਰੀਫਿਕੇਸ਼ਨ 6 ਜੁਲਾਈ ਤੋਂ 14 ਜੁਲਾਈ ਦੇ ਵਿਚਕਾਰ ਹੋਵੇਗਾ। ਉਸ ਤੋਂ ਬਾਅਦ ਦੂਜੀ ਕਾਉਂਸਲਿੰਗ ਅਧੀਨ ਸਟੂਡੈਂਟ 11 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਆਪਣੀ ਚੋਇਸ ਫਿਲ ਕਰ ਸਕਣਗੇ, ਜਦਕਿ ਸੀਟ ਅਲਾਊਟਮੈਂਟ ਰਿਜ਼ਲਟ 17 ਜੁਲਾਈ ਨੂੰ ਆਰਡਰ ਕੀਤਾ ਜਾਵੇਗਾ। ਇਸੇ ਤਰ੍ਹਾਂ ਦੋਸਤੋ, ਜੇਕਰ ਤੀਜੀ ਕਾਉਂਸਲਿੰਗ ਦੀ ਇੰਪੋਰਟੈਂਟ ਡੇਟ ਦੀ ਗੱਲ ਕਰੀਏ ਤਾਂ ਔਨਲਾਈਨ ਰਜਿਸਟ੍ਰੇਸ਼ਨ ਐਂਡ ਅਪਲੋਡਿੰਗ ਡਾਕੂਮੈਂਟ ਵੈਰੀਫਿਕੇਸ਼ਨ ਪ੍ਰੋਸੈਸਿੰਗ ਫੀਸ 18 ਜੁਲਾਈ ਤੋਂ 28 ਜੁਲਾਈ ਤੱਕ ਹੋਵੇਗਾ। ਔਨਲਾਈਨ ਡਾਕੂਮੈਂਟ ਵੈਰੀਫਿਕੇਸ਼ਨ 18 ਜੁਲਾਈ ਤੋਂ 29 ਜੁਲਾਈ ਤੱਕ, ਔਨਲਾਈਨ ਚੋਇਸ ਫਿਲਿੰਗ 23 ਜੁਲਾਈ ਤੋਂ 30 ਜੁਲਾਈ, ਸੀਟ ਅਲਾਊਟਮੈਂਟ ਰਿਜ਼ਲਟ ਡਿਕਲੇਰੇਸ਼ਨ 1 ਅਗਸਤ, ਐਡਮਿਸ਼ਨ ਫੀਸ ਐਂਡ ਸੀਟ ਕਨਫਰਮੇਸ਼ਨ 2 ਅਗਸਤ 2024 ਤੋਂ 8 ਅਗਸਤ 2024। ਇਸੇ ਤਰ੍ਹਾਂ ਦੋਸਤੋ, ਫੋਰਥ ਕਾਉਂਸਲਿੰਗ ਦੀ ਗੱਲ ਕੀਤੀ ਜਾਵੇ ਤਾਂ ਔਨਲਾਈਨ ਰਜਿਸਟ੍ਰੇਸ਼ਨ ਐਂਡ ਅਪਲੋਡਿੰਗ ਡਾਕੂਮੈਂਟ ਵੈਰੀਫਿਕੇਸ਼ਨ ਪ੍ਰੋਸੈਸਿੰਗ ਫੀਸ ਔਨਲਾਈਨ 2 ਅਗਸਤ ਤੋਂ 10 ਅਗਸਤ, ਔਨਲਾਈਨ ਡਾਕੂਮੈਂਟ ਵੈਰੀਫਿਕੇਸ਼ਨ 2 ਅਗਸਤ ਤੋਂ 11 ਅਗਸਤ, ਔਨਲਾਈਨ ਚੋਇਸ ਫਿਲਿੰਗ 9 ਅਗਸਤ ਤੋਂ 12 ਅਗਸਤ, ਸੀਟ ਅਲਾਊਟਮੈਂਟ ਰਿਜ਼ਲਟ ਡਿਕਲੇਰੇਸ਼ਨ 14 ਅਗਸਤ,
ਐਡਮਿਸ਼ਨ ਫੀਸ ਐਂਡ ਸੀਟ ਕਨਫਰਮੇਸ਼ਨ ਔਨਲਾਈਨ 16 ਅਗਸਤ ਤੋਂ 21 ਅਗਸਤ। ਸੋ ਜੇਕਰ ਕਿਸੇ ਵੀ ਸਟੂਡੈਂਟ ਨੂੰ ਇਹਨਾਂ 4 ਕਾਉਂਸਲਿੰਗਾਂ ਦੇ ਅਧੀਨ ਕੋਈ ਵੀ ਸੀਟ ਅਲੋਟ ਨਹੀਂ ਹੁੰਦੀ ਤਾਂ ਲਾਸਟ ਵਿੱਚ ਉਹ ਕੈਂਡੀਡੇਟ ਔਨ ਦੀ ਸਪੋਰਟ ਡਾਇਰੈਕਟ ਦਾਖਲਾ ਲੈ ਸਕਣਗੇ। ਸੋ ਔਨ ਦੀ ਸਪੋਰਟ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਤੀ 16 ਅਗਸਤ ਤੋਂ 30 ਅਗਸਤ ਹੋਵੇਗੀ। ਸੋ ਦਾਖਲੇ ਲਈ ਚਾਹਵਾਨ ਉਮੀਦਵਾਰ ਵੈਬਸਾਈਟ ITIPunjab.admission.nic.in ਤੇ ਉਪਯੁਕਤ ਦਾਖਲਾ ਸ਼ਡਿਊਲ ਵਿੱਚ ਦਰਸਾਈਆਂ ਮਿਤੀਆਂ ਨੂੰ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਅਪਲੋਡ ਕਰ ਸਕਦੇ ਹਨ। ਡਾਕੂਮੈਂਟ ਵੈਰੀਫਿਕੇਸ਼ਨ ਲਈ ਪ੍ਰੋਸੈਸਿੰਗ ਫੀਸ 100 ਰੁਪਏ, ਦਾਖਲਾ ਪੋਰਟਲ ਉੱਪਰ ਦਰਸਾਏ ਪੇਮੈਂਟ ਲਿੰਕ ਉੱਪਰ ਆਨਲਾਈਨ ਪ੍ਰੋਸੈਸ ਰਾਹੀਂ ਸਬਮਿਟ ਕਰਵਾਈ ਜਾਵੇ ਅਤੇ ਟ੍ਰੇਡ ਦੀ ਅਤੇ ਸੰਸਥਾ ਦੀ ਚੁਆਇਸ ਭਰੀ ਜਾਵੇ। ਸੀਟ ਅਲਾਟਮੈਂਟ ਹੋਣ 'ਤੇ ਉਮੀਦਵਾਰ ਵੱਲੋਂ ਦਾਖਲਾ ਪੋਰਟਲ 'ਤੇ ਸੀਟ ਅਲਾਟ ਦਾ ਰਿਜ਼ਲਟ ਚੈੱਕ ਕਰਨ ਉਪਰੰਤ ਦਾਖਲੇ ਦੀ ਫੀਸ ਸਬਮਿਟ ਕੀਤੀ ਜਾਵੇ। ਫੀਸ ਜਮ੍ਹਾਂ ਕਰਵਾਉਣ ਉਪਰੰਤ ਉਮੀਦਵਾਰ ਵੱਲੋਂ ਸੰਸਥਾ ਵਿਖੇ ਤੁਰੰਤ ਰਿਪੋਰਟ ਕੀਤੀ ਜਾਵੇ। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟ੍ਰੇਡਾਂ ਦੀ ਕੁੱਲ ਸਾਲਾਨਾ ਫੀਸ 3400 ਰੁਪਏ ਹੈ। ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟ੍ਰੇਡਾਂ ਲਈ ਇਹ ਫੀਸ ਕ੍ਰਮਵਾਰ 19,312 ਰੁਪਏ ਅਤੇ 12,875 ਰੁਪਏ ਸਾਲਾਨਾ ਹੈ। ਔਨਲਾਈਨ ਦਾਖਲੇ ਦੇ ਸੰਬੰਧ ਵਿੱਚ ਆਪਣੇ ਨਜ਼ਦੀਕੀ ਪੈਂਦੇ ਪੰਜਾਬ ਦਾ ਕਿਸੇ ਵੀ ਸਰਕਾਰੀ ITI ਵਿਖੇ ਸਥਾਪਿਤ ਕੀਤੇ ਗਏ ਹੈਲਪ ਡੈਸਕ 'ਤੇ ਮੁਫਤ ਮਦਦ ਲਈ ਜਾ ਸਕਦੀ ਹੈ। ਵਿਸਥਾਰਪੂਰਵਕ ਹਦਾਇਤਾਂ ਵੈਬਸਾਈਟ ITIPunjab.admission.nic.in 'ਤੇ ਉਪਲਬਧ ਹਨ ਨੂੰ ਪੜ੍ਹ ਲਿਆ ਜਾਵੇ। ਸੋ ਪੰਜਾਬ ਸਰਕਾਰੀ ITI ਦਾਖਲੇ ਅਧੀਨ ਜੇਕਰ ਕੋਈ ਵੀ ਸਟੂਡੈਂਟ ਕੁਐਸਚਨ ਕਰਨਾ ਚਾਹੁੰਦਾ ਹੈ ਤਾਂ ਉਹ ਕਮੈਂਟ ਸੈਸ਼ਨ ਵਿੱਚ ਆਪਣੇ ਕੁਐਸਚਨ ਕਰ ਸਕਦੇ ਹਨ। ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ। ਸੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਤੁਹਾਡਾ 1 ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਤਾਂ ਦੋਸਤੋ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਥੈਂਕਸ ਫੋਰ ਵਾਚਿੰਗ।